ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਇੰਦਰ ਗੋਲਡੀ ਇੰਦਰ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਐਂਡ ਥੈਂਕ ਯੂ ਸੋ ਮੱਚ ਕਿ ਤੁਸੀਂ ਮੈਨੂੰ ਇੰਨਾ ਸਪੋਰਟ ਕਰ ਰਹੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਐਂਡ ਥੈਂਕ ਯੂ ਉਹਨਾਂ ਦਾ ਜੀ ਜਿਨ੍ਹਾਂ ਨੇ ਆਲਰੇਡੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜਿਨ੍ਹਾਂ ਨੇ ਨਹੀਂ ਕੀਤਾ ਪਲੀਜ਼ ਇਸ ਵੀਡੀਓ ਤੇ ਨਵੇਂ ਨੇ ਤੇ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਵੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਅੱਗੇ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਐਂਡ ਕਮੈਂਟ ਕਰਕੇ ਵੀ ਜ਼ਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਿੰਗਸ ਐਂਡ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ। ਅੱਜ ਦੀ ਵੀਡੀਓ ਦੇ ਵਿੱਚ ਜੀ ਮੈਂ ਤੁਹਾਨੂੰ ਕੁਝ ਬਾਗ ਦਿਖਾਉਂਗੀ, ਬਾਕੀ ਤੁਸੀਂ ਔਨ ਆਰਡਰ ਤੇ ਵੀ ਰੈਡੀ ਕਰਵਾ ਸਕਦੇ ਹੋ। ਸਾਡੇ ਕੋਲੇ ਜਿਹੜੇ ਰੈਡੀ ਪਏ ਨੇ ਅਸੀਂ ਉਹ ਅੱਜ ਤੁਹਾਨੂੰ ਸ਼ੋਅ ਕਰਾਂਗੇ। ਜੇ ਤੁਸੀਂ ਕੁਝ ਔਨ ਆਰਡਰ ਤੇ ਰੈਡੀ ਕਰਵਾ ਸਕਦੇ ਹੋ ਤਾਂ ਤੁਸੀਂ ਫੋਟੋ ਭੇਜ ਸਕਦੇ ਹੋ ਸਾਨੂੰ, ਅਸੀਂ ਤੁਹਾਡਾ ਰੈਡੀ ਕਰਕੇ ਦੇ ਸਕਦੇ ਹਾਂ। ਬਾਕੀ ਬਾਗ ਹੈ ਜਿਹੜਾ ਇਹ ਥੋੜਾ ਜਿਹਾ ਜ਼ਿਆਦਾ ਟਾਈਮ ਲੈ ਲੈਂਦਾ, ਕਿਉਂਕਿ ਜਦੋਂ ਆਪਾਂ ਹੈਂਡ ਵਰਕ ਕਰਦੇ ਹਾਂ ਤੇ ਬਾਗ ਤੇ ਥੋੜਾ ਜਿਹਾ 6-7 ਮਹੀਨੇ ਲੱਗ ਜਾਂਦੇ ਆ ਜੀ। ਜੇ ਤੁਸੀਂ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕੋਈ ਆਪਣਾ ਵੀ ਡਿਜ਼ਾਈਨ ਭੇਜ ਕੇ ਬਣਵਾ ਸਕਦੇ ਹੋ। ਬਾਕੀ ਜਿਹੜੇ ਸਾਡੇ ਕੋਲੇ ਰੈਡੀ ਪਏ ਆ ਜੀ ਉਹ ਵੀ ਤੁਸੀਂ ਲੈ ਸਕਦੇ ਹੋ ਸਾਡੇ ਤੋਂ, ਤੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਸਾਡਾ ਜਿਹੜਾ WhatsApp ਦਾ ਨੰਬਰ ਹੈ ਜੀ ਆਲਵੇਸ ਸਕਰੀਨ ਦੇ ਉੱਤੇ ਪਿੰਨ ਹੁੰਦਾ ਆ, ਤੁਸੀਂ ਉੱਥੇ ਜਾ ਕੇ ਪਿਕ ਕਰ ਸਕਦੇ ਹੋ ਤੇ ਸਾਡੇ ਨਾਲ ਗੱਲ ਕਰ ਸਕਦੇ ਹੋ। ਹਾਂਜੀ, ਜਿਹੜਾ ਇਸ ਵੀਡੀਓ ਦਾ ਪਹਿਲਾ ਬਾਗ ਹੈ ਜੀ ਇਹ ਟੋਟਲੀ ਹੈਂਡ ਵਰਕ ਆ, ਇਹ ਮਸ਼ੀਨ ਵਰਕ ਦੇ ਨਾਲ ਨਹੀਂ ਹੋਇਆ ਹੋਇਆ। ਤੁਸੀਂ ਮਸ਼ੀਨ ਨਾਲ ਵੀ ਬਣਵਾ ਸਕਦੇ ਹੋ, ਬਟ ਅਸੀਂ ਜਿਹੜੇ ਰੈਡੀ ਕੀਤੇ ਆ ਹੈਂਡ ਵਰਕ ਦੇ ਜਿਹੜੇ ਬਾਗ ਰੈਡੀ ਕੀਤੇ ਹੋਏ ਆ। ਸਾਡੇ ਕੋਲੇ ਕੁਝ ਕੁ ਹੋਰ ਵੀ ਰੈਡੀ ਪਏ ਨੇ, ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ WhatsApp ਤੇ, ਅਸੀਂ ਤੁਹਾਨੂੰ ਫੋਟੋ ਸ਼ੇਅਰ ਕਰ ਦਾਂਗੇ। ਅਗਰ ਤੁਸੀਂ ਇਦਾਂ ਦੀ ਕੋਈ ਚੀਜ਼ ਬਾਏ ਕਰਨਾ ਚਾਹੁੰਦੇ ਹੋ, ਕਿਉਂਕਿ ਹੁਣ ਵੈਡਿੰਗ ਸੀਜ਼ਨ ਹੈ ਜੀ, ਉਹਦੇ ਵਿੱਚ ਇਦਾਂ ਦੀਆਂ ਚੀਜ਼ਾਂ ਬਹੁਤ ਸੋਹਣੀਆਂ ਲੱਗਦੀਆਂ ਨੇ। ਜਿਹੜਾ ਆਪਣਾ ਇਹ ਪੰਜਾਬੀ ਕਲਚਰ ਆ ਉਹਦੇ ਵਿੱਚ ਇਦਾਂ ਦੀਆਂ ਚੀਜ਼ਾਂ, ਜਿਵੇਂ ਆਪਾਂ ਮਹਿੰਦੀ ਫੰਕਸ਼ਨ ਕਰਨਾ, ਬੈਕ ਤੇ ਆਪਾਂ ਇਦਾਂ ਬਾਗ ਲਗਾ ਕੇ ਫੋਟੋਜ਼ ਵਗੈਰਾ ਕਰਨੀ ਆ ਤਾਂ ਬਹੁਤ ਪਿਆਰਾ ਲੱਗਦਾ। ਤੇ ਇਹ ਟੋਟਲੀ ਹੈਂਡ ਵਰਕ ਦੇ ਨਾਲ ਹੋਇਆ ਹੋਇਆ। ਤੇ ਜਿਹੜਾ ਇਹਦਾ ਬੇਸ ਆ ਇਹ ਹੈਗਾ ਮਹਿਰੂਨ, ਜਿਵੇਂ ਬ੍ਰਾਊਨ ਮਹਿਰੂਨ ਪਹਿਲਾਂ ਚੱਲਦੇ ਹੁੰਦੇ ਸੀ ਨਾ ਜੀ, ਉਵੇਂ ਦਾ ਇਹ ਖੱਦਰ ਦਾ, ਜਿਵੇਂ ਆਪਾਂ ਕਹਿੰਦੇ ਖੱਦਰ ਦੇ ਬਾਗ ਹੁੰਦੇ ਆ ਉਸ ਚੀਜ਼ ਤੇ ਬਣਿਆ ਹੋਇਆ, ਜਿਹੜਾ ਕਿ ਬਹੁਤ ਜ਼ਿਆਦਾ ਪਿਆਰਾ ਲੱਗਦਾ। ਫੁੱਲ ਇਹ 2.5 ਮੀਟਰ ਆ ਤੇ ਚੌੜਾਈ ਦੀ ਇਹਦੀ ਜ਼ਿਆਦਾ ਹੁੰਦੀ ਹੈ ਜਿਵੇਂ ਆਪਣੀਆਂ ਚੁੰਨੀਆਂ ਤੋਂ, ਤੇ ਇਹਦੇ 'ਚੋਂ ਥੋੜ੍ਹਾ ਜਿਹਾ ਡਿਫਰੈਂਸ ਹੁੰਦਾ ਤੇ ਪੂਰੀ ਚੌੜਾਈ ਦੇ ਵਿੱਚ ਆ ਤੇ ਸਾਰਾ ਫੁੱਲੀ ਬਾਗ ਕੱਢਿਆ ਹੋਇਆ। ਮੀਨਸ ਇਹ ਦੋਨੋਂ ਪਾਸੇ ਇੱਦਾਂ ਬਣੇ ਹੋਏ ਆ, ਇਹਦੇ ਪੂਰੇ ਦਾ ਪੂਰਾ ਹੈਵੀ ਬਾਗ ਆ। ਤੇ ਜਿਹੜੇ ਪੱਲੇ ਹੋਏ ਹੋਏ ਨੇ ਆ ਦੇਖੋ, ਪੱਲੇ ਇਹਦੇ ਇੱਦਾਂ ਹੋਏ ਹੋਏ ਨੇ, ਬਹੁਤ ਪਿਆਰੇ ਲੱਗਦੇ ਨੇ ਇਦਾਂ ਵੀ ਪੱਲੇ। ਤੁਸੀਂ ਕੋਈ ਆਪਣਾ ਡਿਜ਼ਾਈਨ ਦੇ ਕੇ ਅਗਰ ਕਢਵਾਉਣਾ ਚਾਹੋ ਤਾਂ ਜੀ ਇਹੋ ਜਿਹੀ ਚੀਜ਼ ਨੂੰ ਥੋੜ੍ਹਾ ਜਿਹਾ ਜ਼ਿਆਦਾ ਟਾਈਮ ਲੱਗ ਜਾਂਦਾ, ਥੋੜ੍ਹਾ ਜਿਹਾ ਮੀਨਸ ਕਿ 6-7 ਮਹੀਨੇ ਇੱਕ ਚੀਜ਼ ਨੂੰ ਚਾਹੀਦੇ ਆ, ਕਿਉਂਕਿ ਆਪਾਂ ਹੈਂਡ ਵਰਕ ਕਰਨਾ ਹੁੰਦਾ ਉਹਦੇ ਲਈ ਆਪਾਂ ਨੂੰ ਹਨਾ ਟਾਈਮ ਚਾਹੀਦਾ ਹੁੰਦਾ। ਤੇ ਅਸੀਂ ਇਹ ਵੈਡਿੰਗ ਸੀਜ਼ਨਸ ਦੇ ਨੇੜੇ ਹਨਾ ਅਸੀਂ ਇਦਾਂ ਦੀਆਂ ਚੀਜ਼ਾਂ ਥੋੜ੍ਹੀਆਂ ਜਿਹੀਆਂ ਰੈਡੀ ਕਰਕੇ ਰੱਖਦੇ ਹਾਂ ਕਿ ਕਿਸੇ ਨੂੰ ਇਦਾਂ ਹੀ ਚਾਹੀਦਾ ਹੋਵੇ ਤਾਂ ਅਗਲਾ ਸਾਡੇ ਤੋਂ ਬਾਏ ਕਰ ਸਕੇ। ਤੇ ਅਸੀਂ ਕੁਛ ਕੁ ਪੀਸ ਰੈਡੀ ਕੀਤੇ ਸੀ ਤਾਂ ਕਸਟਮਰ ਨੇ ਸਾਡੇ ਤੋਂ ਉਦਾਂ ਹੀ ਬਾਏ ਕੀਤੇ ਆ ਇਹ। ਤਾਂ ਜਿਹੜੇ ਸਾਡੇ ਕੋਲੇ ਕੁਝ ਹੋਰ ਅਵੇਲੇਬਲ ਨੇ ਤਾਂ ਅਸੀਂ WhatsApp ਤੇ ਜ਼ਰੂਰ ਸ਼ੇਅਰ ਕਰ ਦਾਂਗੇ, ਤੇ ਤੁਸੀਂ ਉੱਥੋਂ ਜਾ ਕੇ ਇਹ ਬਾਏ ਕਰ ਸਕਦੇ ਹੋ। ਅਗਰ ਤੁਸੀਂ ਕੋਈ ਆਪਣਾ ਡਿਜ਼ਾਈਨ ਦੇ ਕੇ ਬਣਵਾਉਣਾ ਚਾਹੁੰਦੇ ਹੋ ਤਾਂ ਉਹਦੇ ਲਈ ਟਾਈਮ ਚਾਹੀਦਾ ਹੀ ਸਾਨੂੰ, ਕੋਈ ਹੈਵੀ ਕਰਨਾ ਆ ਜਾਂ ਕੋਈ ਲਾਈਟ ਕਰਨਾ ਆ ਜਾਂ ਬਾਗ ਟਾਈਪ ਤੁਸੀਂ ਚੁੰਨੀ ਤੇ ਬਣਵਾਉਣਾ ਚਾਹੁੰਦੇ ਹੋ ਜਿਵੇਂ ਚਨੋਨ ਤੇ ਉੱਤੇ ਵੀ ਬਣ ਜਾਂਦਾ ਆ, ਤੇ ਤੁਸੀਂ ਉਵੇਂ ਵੀ ਬਣਵਾ ਸਕਦੇ ਹੋ। ਹਾਂਜੀ, ਜਿਹੜਾ ਦੂਸਰਾ ਬਾਗ ਹੈ ਜੀ ਇਹ ਹੈਗਾ ਮਹਿਰੂਨ ਦੇ ਉੱਤੇ, ਜਿਵੇਂ ਪੂਰਾ ਬਲੈਕਿਸ਼ ਮਹਿਰੂਨ ਨਹੀਂ ਹੈਗਾ, ਜਿਵੇਂ ਰੈਡਿਸ਼ ਮਹਿਰੂਨ ਹੁੰਦਾ ਉਹਦੇ ਉੱਤੇ ਬਣਿਆ ਹੋਇਆ। ਇਹ ਵੀ ਫੁੱਲ ਹੈਵੀ ਬਾਗ ਆ ਤੇ ਇਹ ਵੀ ਹੈਂਡ ਵਰਕ ਦੇ ਨਾਲ ਹੋਇਆ ਹੋਇਆ ਜੀ। ਇਹ ਮਸ਼ੀਨ ਅਸੀਂ ਇਹਦੇ ਵਿੱਚ ਕੁਛ ਨਹੀਂ ਯੂਜ਼ ਕੀਤੀ। ਆਹ ਦੇਖੋ ਨੀਚੋਂ ਪਤਾ ਲੱਗਦਾ, ਜਦੋਂ ਇਹਦੇ ਨੀਚੋਂ ਆਪਾਂ ਧਾਗੇ ਦਿਖਾਉਂਦੇ ਹਾਂ ਨਾ ਇੱਦਾਂ, ਜਿਹੜੇ ਮੀਨਸ ਆਪਾਂ ਲਾਉਂਦੇ ਹਾਂ ਇਹਦੇ ਵਿੱਚ, ਤਾਂ ਉਹਦੇ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਇਹ ਹੈਂਡ ਵਰਕ ਦੇ ਨਾਲ ਬਣਿਆ ਹੋਇਆ ਆ। ਇੱਦਾਂ ਬਰੀਕ ਬਰੀਕ ਜਿਵੇਂ ਆਹ ਦੇਖੋ ਨੀਚੋਂ ਇੱਦਾਂ ਆਉਂਦੀ, ਪਰ ਅਸੀਂ ਨੀਚੋਂ ਵੀ ਪੂਰੀ ਫਿਨਿਸ਼ਿੰਗ ਕਰਕੇ ਦਿੰਦੇ ਹਾਂ, ਇੱਦਾਂ ਨਹੀਂ ਹੈਗਾ ਕਿ ਆਪਣੇ ਕਿਤੇ ਅੜਕ ਜੇ ਤਾਂ ਇਹ ਖਰਾਬ ਹੋ ਜੇ ਸਾਰਾ। ਬਾਕੀ ਇਹ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਜੀ, ਥੋੜ੍ਹੀਆਂ ਸੰਭਾਲ ਕੇ ਰੱਖਣੀਆਂ ਪੈਂਦੀਆਂ ਕਿਉਂਕਿ ਹੈਂਡ ਵਰਕ ਦੀ ਚੀਜ਼ ਥੋੜ੍ਹੀ ਜਿਹੀ ਇੱਦਾਂ ਹੀ ਹੁੰਦੀ ਆ। ਤੇ ਇਹ ਵੀ ਅਸੀਂ ਫੁੱਲ ਹੈਵੀ ਦੇਖੋ ਪੱਲੇ ਵੀ ਇਦਾਂ ਬਣਾਏ ਹੋਏ ਨੇ, ਜਿਹੜੇ ਸਾਡੇ ਕੋਲੇ ਅਸੀਂ ਕੁਝ ਪੀਸ ਨੇ ਜੀ ਸਾਲ ਕੁ ਪਹਿਲਾਂ ਰੈਡੀ ਕਰਨੇ ਸ਼ੁਰੂ ਕਰ ਦਿੰਦੇ ਆ। ਮੀਨਸ ਕਿਉਂਕਿ ਵੈਡਿੰਗ ਸੀਜ਼ਨ ਦੇ ਵਿੱਚ ਆਪਾਂ ਨੂੰ ਇੰਨਾ ਟਾਈਮ ਨਹੀਂ ਹੁੰਦਾ ਆਪਣੇ ਕੋਲੇ ਕਿ ਆਪਾਂ 6-6 ਮੰਥ ਲਈਏ ਇਸ ਚੀਜ਼ ਨੂੰ ਬਣਾਉਣ ਲਈ, ਇਸ ਕਰਕੇ ਅਸੀਂ ਕੁਝ ਕੁ ਪੀਸ ਪਹਿਲਾਂ ਹੀ ਬਣਾ ਕੇ ਰੱਖਦੇ ਹਾਂ। ਤੇ ਜਦੋਂ ਕਿਸੇ ਕਸਟਮਰ ਨੂੰ ਚਾਹੀਦੇ ਹੁੰਦੇ ਆ ਤਾਂ ਅਸੀਂ ਸ਼ੇਅਰ ਕਰ ਦਿੰਦੇ ਹਾਂ, ਬਿਕੋਜ਼ ਅਸੀਂ ਫੁਲਕਾਰੀਜ਼ ਤੇ ਇਦਾਂ ਬਾਗ ਵਗੈਰਾ ਬਣਾ ਕੇ ਰੱਖਦੇ ਹਾਂ ਆਲਰੇਡੀ। ਤੇ ਕਈ ਚੀਜ਼ ਅਸੀਂ ਔਨ ਆਰਡਰ ਤੇ ਵੀ ਰੈਡੀ ਕਰ ਦਿੰਦੇ ਹਾਂ, ਜਿਵੇਂ ਕਿਸੇ ਨੂੰ ਲੇਟਰ ਔਨ ਚਾਹੀਦੀਆਂ ਤਾਂ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਤੇ ਸਾਡੇ ਤੋਂ ਬਣਵਾ ਸਕਦੇ ਹੋ। ਇਹ ਵੀ ਖੱਦਰ ਦੇ ਉੱਤੇ ਬਣਿਆ ਹੋਇਆ ਤੇ ਇਹਨਾਂ ਦੀ ਜਿਹੜੀ ਅਸੀਂ ਫਿਨਿਸ਼ਿੰਗ ਦਿੱਤੀ ਹੋਈ ਆ ਇਦਾਂ ਟਿਸ਼ੂ ਲਾ ਕੇ ਦਿੱਤੀ ਹੋਈ ਆ, ਜੇ ਆਪਾਂ ਇਹ ਨਹੀਂ ਲਗਾ ਕੇ ਦਿੰਦੇ ਨਾ ਤਾਂ ਇੰਨਾ ਵਧੀਆ ਨਹੀਂ ਲੱਗਦਾ। ਇਹਦੀ ਫਿਨਿਸ਼ਿੰਗ ਕਰਨੀ ਪੈਂਦੀ ਹੈ ਥੋੜ੍ਹੀ ਜਿਹੀ, ਪਹਿਲਾਂ ਹੁੰਦਾ ਸੀਗਾ ਕਿ ਵੈਸੇ ਇਦਾਂ ਹੀ ਚੱਲ ਜਾਂਦੇ ਸੀ, ਪਰ ਹੁਣ ਅਸੀਂ ਇਦਾਂ ਫਿਨਿਸ਼ਿੰਗ ਦੇਣ ਲੱਗ ਗਏ ਜੀ ਇਦਾਂ ਟਿਸ਼ੂ ਲਗਾ ਕੇ, ਤਾਂ ਇਦਾਂ ਚੰਪਾ ਅਸੀਂ ਨਾਲ ਨਾਲ ਕੱਢ ਦਿੰਦੇ ਹਾਂ, ਇਹਦੇ ਨਾਲ ਜ਼ਿਆਦਾ ਥੋੜ੍ਹਾ ਜਿਹਾ ਸੋਹਣਾ ਲੱਗਣ ਲੱਗ ਜਾਂਦਾ ਤੇ ਥੋੜ੍ਹੀ ਜਿਹੀ ਫਿਨਿਸ਼ਿੰਗ ਜਿਹੜੀ ਆ ਜ਼ਿਆਦਾ ਵਧੀਆ ਲੱਗਣ ਲੱਗ ਜਾਂਦੀ ਆ।
ਤੇ ਜਿਹੜੇ ਅਸੀਂ ਇਹਦੇ ਪੱਲੇ ਬਣਾਏ ਹੋਏ ਨੇ ਇਦਾਂ ਪੱਲੇ ਬਣਾਏ ਹੋਏ ਨੇ ਜਿਹੜੇ ਕਿ ਬਹੁਤ ਜ਼ਿਆਦਾ ਪਿਆਰੇ ਲੱਗਦੇ ਆ ਤੇ ਸਾਰੇ ਬਾਗ ਦਾ ਜਿਹੜਾ ਡਿਜ਼ਾਈਨ ਹੈ ਨਾ ਜੀ ਅਲੱਗ ਅਲੱਗ ਹੁੰਦਾ ਪਹਿਲਾਂ ਵੀ ਮੈਂ ਦੋ ਬਾਗ ਦੀ ਵੀਡੀਓ ਸ਼ੇਅਰ ਕੀਤੀ ਸੀਗੀ ਤੇ ਸਾਰਿਆਂ ਦੇ ਅਲੱਗ ਅਲੱਗ ਮੀਨਸ ਡਿਜ਼ਾਈਨ ਆਉਂਦੇ ਆ ਇਹਦੇ ਵਿੱਚ ਅਸੀਂ ਕਿਸੇ ਦਾ ਸੇਮ ਨਹੀਂ ਬਣਾਉਂਦੇ ਹੈਗੇ ਕਿ ਸਭ ਇੱਕੋ ਜਿਹੇ ਸੇਮ ਹੋਣ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਡਿਜ਼ਾਈਨ ਦੇ ਵਿੱਚ ਡਿਫਰੈਂਸ ਹੋਊਗਾ ਕੋਈ ਸੈਂਟਰ ਦੇ ਵਿੱਚੋਂ ਜ਼ਿਆਦਾ ਹੈਵੀ ਹੋਊਗਾ ਜੀ ਪੱਲੇ ਹਲਕੇ ਹੋਣਗੇ ਕੋਈ ਪੱਲੇ ਹੈਵੀ ਹੋਣਗੇ ਤੇ ਸੈਂਟਰ ਹਲਕਾ ਹੋਊਗਾ ਤੇ ਇਦਾਂ ਅਸੀਂ ਬਣਾ ਦਿੰਦੇ ਹਾਂ ਤੇ ਇਹ ਵੀ ਬਹੁਤ ਜ਼ਿਆਦਾ ਪਿਆਰਾ ਬਣਿਆ ਹੋਇਆ ਤੇ ਹੈਂਡ ਦੇ ਨਾਲ ਬਣਿਆ ਹੋਇਆ ਦੇਖੋ ਇਹਦੇ ਵੀ ਨੀਚੋਂ ਪੂਰੀ ਫਿਨਿਸ਼ਿੰਗ ਹੋਈ ਹੋਈ ਆ ਬਹੁਤ ਪਿਆਰਾ ਲੱਗਦਾ ਨੀਚੋਂ ਨਹੀਂ ਤੁਹਾਨੂੰ ਕੋਈ ਵੀ ਇਸ਼ੂ ਆਊਗਾ ਜੀ ਪੂਰੀ ਅਸੀਂ ਇਦਾਂ ਕਟਿੰਗ ਵਗੈਰਾ ਕਰਕੇ ਦਿੰਦੇ ਹਾਂ ਇਦਾਂ ਵੀ ਕੋਈ ਧਾਗਾ ਨਾ ਇੱਧਰ ਉੱਧਰ ਹੋਵੇ ਕਿਉਂਕਿ ਇਹ ਇਦਾਂ ਹੁੰਦਾ ਜੇ ਮਾੜਾ ਜਿਹਾ ਵੀ ਇਹਦਾ ਖਿੱਚਿਆ ਗਿਆ ਤੇ ਖਰਾਬ ਹੋਣ ਦਾ ਡਰ ਹੁੰਦਾ ਤੇ ਇਹਦੇ ਵਿੱਚ ਵੀ ਅਸੀਂ ਆ ਦੇਖੋ ਇਦਾਂ ਹਨਾ ਫਿਨਿਸ਼ਿੰਗ ਕੀਤੀ ਹੋਈ ਹੈ ਜਿਹੜੀ ਕਿ ਬਹੁਤ ਜ਼ਿਆਦਾ ਪਿਆਰੀ ਲੱਗਦੀ ਹੈ ਅੱਜ ਕੱਲ੍ਹ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਜੀ ਦੁਬਾਰੇ ਫੇਰ ਹੈ ਨਾ ਇਹਨਾਂ ਚੀਜ਼ਾਂ ਦਾ ਜ਼ਿਆਦਾ ਟ੍ਰੈਂਡ ਹੋ ਗਿਆ ਕਿ ਬਾਗ ਵਗੈਰਾ ਲੈ ਕੇ ਆਪਾਂ ਫੋਟੋਗ੍ਰਾਫਰੀ ਕਰਾਉਂਦੇ ਹਾਂ ਜਾਂ ਇੱਦਾਂ ਜਿਵੇਂ ਮਹਿੰਦੀ ਫੰਕਸ਼ਨ ਹੋ ਗਿਆ ਜਾਂ ਆਪਾਂ ਮਾਈਆਂ ਹੋ ਗਈਆਂ ਉਹਦੇ ਵਿੱਚ ਆਪਾਂ ਬੈਗ ਤੇ ਲਾ ਕੇ ਹੈ ਨਾ ਉਸ ਚੀਜ਼ ਲਈ ਕਰਦੇ ਹਾਂ ਤਾਂ ਬਹੁਤ ਪਿਆਰਾ ਲੱਗਦਾ ਇਹ ਰੈਡਿਸ਼ ਮਹਿਰੂਨ ਤੁਸੀਂ ਕਲਰ ਜਿਹੜਾ ਮਰਜ਼ੀ ਲੈ ਸਕਦੇ ਹੋ ਜਿਵੇਂ ਬਲੈਕ ਤੇ ਵੀ ਬਣਵਾ ਸਕਦੇ ਹੋ ਪਰ ਆਪਣੇ ਵਿਆਹਾਂ 'ਚ ਬਲੈਕ ਜ਼ਿਆਦਾ ਯੂਜ਼ ਨਹੀਂ ਹੁੰਦਾ ਇਸ ਕਰਕੇ ਜ਼ਿਆਦਾ ਕਲਰ ਜਿਹੜੇ ਚੱਲਦੇ ਆ ਜੀ ਰੈੱਡ ਮਹਿਰੂਨ ਵਗੈਰਾ ਹੀ ਚੱਲਦੇ ਨੇ ਤੇ ਬਹੁਤ ਪਿਆਰੇ ਲੱਗਦੇ ਨੇ ਜਿਵੇਂ ਪਹਿਲਾ ਬਾਗ ਅਸੀਂ ਕਾਫੀ ਜੇ ਸ਼ੇਡ ਤੇ ਬਣਾਇਆ ਸੀਗਾ ਉਹ ਵੀ ਬਹੁਤ ਪਿਆਰਾ ਲੱਗਦਾ ਉਹ ਥੋੜਾ ਜਿਹਾ ਪਹਿਲਾਂ ਜ਼ਿਆਦਾ ਯੂਜ਼ ਹੁੰਦਾ ਸੀ ਕਾਫੀ ਕਲਰ ਤੇ ਰੈੱਡ ਮਹਿਰੂਨ ਦੇ ਵਿੱਚ ਬਣੇ ਹੋਏ ਨੇ ਤੇ ਇਹ ਵੀ ਡਿਜ਼ਾਈਨ ਜਿਹੜਾ ਕਿ ਬਹੁਤ ਪਿਆਰਾ ਆ ਹਾਂਜੀ ਜਿਹੜਾ ਅੱਜ ਦੀ ਵੀਡੀਓ ਦਾ ਲਾਸਟ ਬਾਗ ਹੈ ਜੀ ਉਹ ਹੈਗਾ ਇਦਾਂ ਦਾ ਡਿਜ਼ਾਈਨ ਇਹ ਵੀ ਬਹੁਤ ਪਿਆਰਾ ਲੱਗਦਾ ਤੇ ਬਾਗ ਦੇ ਵਿੱਚ ਜਿੰਨੇ ਵੀ ਉੱਠਵੇਂ ਕਲਰ ਹੋਣ ਨਾ ਜੀ ਉਨੇ ਹੀ ਜ਼ਿਆਦਾ ਸੋਹਣੇ ਲੱਗਦੇ ਆ ਕਿਉਂਕਿ ਫੁਲਕਾਰੀ ਜਾਂ ਬਾਗ ਹਰ ਇੱਕ ਚੀਜ਼ ਰੰਗ ਦੇ ਹਿਸਾਬ ਨਾਲ ਹੀ ਚੰਗੀ ਲੱਗਦੀ ਆ ਇਹ ਲਾਈਟ ਸ਼ੇਡ 'ਚ ਵਧੀਆ ਨਹੀਂ ਲੱਗਦੀਆਂ ਜੀ ਇਹ ਡਾਰਕ ਡਾਰਕ ਸ਼ੇਡ 'ਚ ਹੀ ਵਧੀਆ ਲੱਗਦੀਆਂ ਜਿਵੇਂ ਆਪਾਂ ਰੀਲਾਂ ਦਾ ਜਿਹੜਾ ਰੰਗ ਪਾਇਆ ਹੋਇਆ ਪੂਰਾ ਡਾਰਕ ਡਾਰਕ ਪਾਇਆ ਹੋਇਆ ਇਹ ਉਵੇਂ ਹੀ ਚੰਗੀਆਂ ਲੱਗਦੀਆਂ ਨੇ ਤੇ ਜਿਹੜੇ ਇਹਦੇ ਪੱਲੇ ਬਣਾਏ ਹੋਏ ਨੇ ਆ ਦੇਖੋ ਪੱਲੇ ਅਸੀਂ ਇਦਾਂ ਫਲਾਵਰਸ ਦੇ ਨਾਲ ਬਣਾਏ ਹੋਏ ਨੇ ਜਿਹੜੇ ਕਿ ਬਹੁਤ ਜ਼ਿਆਦਾ ਪਿਆਰੇ ਲੱਗਦੇ ਆ ਤੇ ਇਹ ਵੀ ਟੋਟਲੀ ਹੈਂਡ ਵਰਕ ਆ ਅਸੀਂ ਮਸ਼ੀਨ ਥੋੜਾ ਜਿਹਾ ਘੱਟ ਕਰਦੇ ਆ ਜੀ ਫੁਲਕਾਰੀ ਦੇ ਵਿੱਚ ਅਸੀਂ ਹੈਂਡ ਟੱਚ ਜ਼ਿਆਦਾ ਦਿੰਨੇ ਆ ਕਿਉਂਕਿ ਸਾਡਾ ਹੈਂਡ ਦਾ ਹੀ ਜ਼ਿਆਦਾ ਕੰਮ ਆ ਫੁਲਕਾਰੀ ਵੀ ਅਸੀਂ ਹੈਂਡ ਦੀ ਜ਼ਿਆਦਾ ਬਣਾਉਂਦੇ ਆ ਮਸ਼ੀਨ ਦੀ ਘੱਟ ਬਣਾਉਂਦੇ ਆ ਬਟ ਜੇ ਤੁਸੀਂ ਕੋਈ ਸੂਟ ਤੇ ਹੈ ਨਾ ਹਲਕਾ ਡਿਜ਼ਾਈਨ ਪਾਉਣਾ ਚਾਹੁੰਦੇ ਹੋ ਮਸ਼ੀਨ ਦੇ ਨਾਲ ਤਾਂ ਅਸੀਂ ਉਹ ਪਾ ਕੇ ਦੇ ਸਕਦੇ ਆ ਬਾਕੀ ਜ਼ਿਆਦਾਤਰ ਅਸੀਂ ਹੈਂਡ ਹੀ ਬਣਾਉਂਦੇ ਆ ਤੇ ਇਹਦੀ ਵੀ ਆ ਦੇਖੋ ਨੀਚੋਂ ਵਧੀਆ ਫਿਨਿਸ਼ਿੰਗ ਹੋਈ ਹੋਈ ਆ ਪੂਰਾ ਸਾਫ਼ ਸੁਥਰਾ ਕੰਮ ਹੈ ਇਹੋ ਜਿਹਾ ਨਹੀਂ ਵੀ ਤੁਹਾਨੂੰ ਕੋਈ ਧਾਗਾ ਇੱਧਰ ਉੱਧਰ ਹੈ ਨਾ ਲੱਗੇ ਕਿਉਂਕਿ ਇਹ ਬਹੁਤ ਧਿਆਨ ਨਾਲ ਬਣਾਉਣੇ ਪੈਂਦੇ ਜੀ ਇੱਕ ਤਾਂ ਹੈ ਨਾ ਰੀਲਾਂ ਬਹੁਤ ਪਤਲੀਆਂ ਹੁੰਦੀਆਂ ਇਸ ਕਰਕੇ ਜੀ ਆਪਾਂ ਨੂੰ ਇਹ ਬੜੇ ਧਿਆਨ ਨਾਲ ਬਣਾਉਣੇ ਪੈਂਦੇ ਨੇ ਕਿ ਜਿਹੜੀ ਕਿ ਬਹੁਤ ਜ਼ਿਆਦਾ ਸੋਹਣੀ ਲੱਗੇ ਚੀਜ਼ ਫਿਨਿਸ਼ਿੰਗ ਸੋਹਣੀ ਹੋਊਗੀ ਤਾਂ ਜੀ ਹਰ ਇੱਕ ਚੀਜ਼ ਚੰਗੀ ਲੱਗਦੀ ਹੈ ਬਾਕੀ ਜਿਹੜੇ ਇੱਕ ਵਾਰੀ ਅਸੀਂ ਇਹ ਡਿਜ਼ਾਈਨ ਬਣਾ ਤੇ ਦੁਬਾਰਾ ਵੀ ਅਸੀਂ ਬਣਾ ਕੇ ਦੇ ਸਕਦੇ ਹਾਂ ਬਟ ਜਿਵੇਂ ਸਾਡੇ ਕੋਲ ਇਹ ਅਵੇਲੇਬਲ ਸੀਗੇ ਇਹ ਕਸਟਮਰ ਦੇ ਨੇ ਜੀ ਅਸੀਂ ਇਸ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਵੀ ਸਾਡੇ ਕੋਲ ਕੁਛ ਕੁ ਡਿਜ਼ਾਈਨ ਹੋਰ ਰੈਡੀ ਨੇ ਤੁਸੀਂ ਸਾਡੇ ਨਾਲ ਵਟਸਐਪ ਤੇ ਕੰਟੈਕਟ ਕਰਕੇ ਜੇ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਾਏ ਕਰ ਸਕਦੇ ਹੋ ਬਾਕੀ ਇੱਕ ਡਿਜ਼ਾਈਨ ਦੇ ਸਾਡੇ ਕੋਲ ਦੋ ਦੋ ਪੀਸ ਨਹੀਂ ਹੁੰਦੇ ਜੀ ਇੱਕ ਸਿੰਗਲ ਸਿੰਗਲ ਪੀਸ ਹੀ ਅਸੀਂ ਰੈਡੀ ਕਰਦੇ ਹਾਂ ਤੇ ਸਾਰੇ ਸਿੰਗਲ ਸਿੰਗਲ ਪੀਸ ਨੇ ਤੇ ਜਿਹੜੇ ਹੋਰ ਡਿਜ਼ਾਈਨ ਨੇ ਉਹ ਅਸੀਂ ਵਟਸਐਪ ਤੇ ਸ਼ੇਅਰ ਕਰ ਦਾਂਗੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ ਹਾਂਜੀ ਇਹ ਸੀਗੇ ਕੁਛ ਬਾਗ ਜਿਹੜੇ ਮੈਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦਿਖਾਏ ਨੇ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਡਿਜ਼ਾਈਨ ਵਧੀਆ ਲੱਗੇ ਹੋਣਗੇ ਵਧੀਆ ਲੱਗੇ ਤਾਂ ਪਲੀਜ਼ ਅੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਐਂਡ ਕਮੈਂਟ ਕਰਕੇ ਵੀ ਜ਼ਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਿੰਗਸ ਐਂਡ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਬਾਕੀ ਜੇ ਤੁਸੀਂ ਇਹ ਪਿਓਰ ਚਨੋਨ ਤੇ ਜਾਂ ਸੈਮੀ ਚਨੋਨ ਤੇ ਵਾਲੇ ਡਿਜ਼ਾਈਨ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਣਵਾ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦੀ ਫੁਲਕਾਰੀ ਰੈਡੀ ਕਰਵਾਉਣਾ ਚਾਹੁੰਦੇ ਹੋ ਜਾਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਨੰਬਰ ਆਲਵੇਜ਼ ਪਿੰਨ ਹੁੰਦਾ ਜੀ ਸਕਰੀਨ ਦੇ ਉੱਤੇ ਬਾਕੀ ਤੁਸੀਂ ਸਾਡੇ ਨਾਲ ਯੂਨੀਕ ਕਲੈਕਸ਼ਨ 344 ਤੇ ਜਾ ਕੇ ਇੰਸਟਾਗ੍ਰਾਮ ਤੇ ਵੀ ਗੱਲ ਕਰ ਸਕਦੇ ਹੋ ਜੇ ਤੁਸੀਂ ਕਰਨਾ ਚਾਹੋ ਬਾਕੀ ਤੁਸੀਂ ਕੁਛ ਵੀ ਰੈਡੀ ਕਰਵਾ ਸਕਦੇ ਹੋ ਜੀ ਹੈਂਡ ਵਰਕ ਕੁਛ ਵੀ ਕਰਵਾਉਣਾ ਜਾਂ ਮਸ਼ੀਨ ਵਰਕ ਕਰਵਾਉਣਾ ਤੁਸੀਂ ਆਪਣੀਆਂ ਫੋਟੋਜ਼ ਭੇਜ ਕੇ ਸਾਡੇ ਤੋਂ ਰੈਡੀ ਕਰਵਾ ਸਕਦੇ ਹਾਂ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦੇ ਡਿਜ਼ਾਈਨ ਵਧੀਆ ਲੱਗੇ ਹੋਣਗੇ ਵਧੀਆ ਲੱਗੇ ਤਾਂ ਪਲੀਜ਼ ਅੱਗੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਐਂਡ ਕਮੈਂਟ ਕਰਕੇ ਵੀ ਜ਼ਰੂਰ ਦੱਸ ਦਿਆ ਕਰੋ ਕਿ ਤੁਹਾਨੂੰ ਸਾਡੀਆਂ ਡਿਜ਼ਾਈਨਿੰਗਸ ਐਂਡ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਸਤਿ ਸ਼੍ਰੀ ਅਕਾਲ